ਅਮਰੀਕਾ 'ਚ ਕੈਲੀਫੋਰਨੀਆ ਦੇ ਜੰਗਲਾਂ ਅੰਦਰ ਵੱਡੀ ਅੱਗ ਲੱਗੀ ਹੋਈ ਹੈ ਜਿਸ ਨੇ ਹੁਣ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਜਾਣਕਾਰੀ ਦੇ ਮੁਤਾਬਕ ਇਸ ਅੱਗ ਦੇ ਕਾਰਨ 10 ਲੱਖ ਏਕੜ ਤੋਂ ਜ਼ਿਆਦਾ ਜੰਗਲ ਤਬਾਹ ਹੋ ਚੁੱਕੇ ਨੇ, ਜਦਕਿ 700 ਤੋਂ ਵੱਧ ਘਰ ਅਤੇ ਇਮਾਰਤਾਂ ਵੀ ਇਸਦੀ ਭੇਟ ਚੜ ਚੁੱਕੇ ਨੇ ਅਤੇ ਹਜ਼ਾਰਾਂ ਲੋਕ ਇਸ ਅੱਗ ਦੇ ਕਾਰਨ ਬੇਘਰ ਹੋ ਚੁੱਕੇ ਨੇ। ਇਹ ਅੱਗ ਕਿੰਨੀ ਭਿਆਨਕ ਹੈ, ਇਸਦੀ ਇੱਕ ਖੌਫਨਾਕ ਤਸਵੀਰ ਵੀ ਸਾਹਮਣੇ ਆਈ ਹੈ। ਇਹ ਵੀਡੀਓ ਕਿਸੇ ਨੇ ਗੱਡੀ ਦੇ ਵਿੱਚ ਬਹਿ ਕੇ ਸ਼ੂਟ ਕੀਤੀ ਹੈ ਅਤੇ ਦਿਖ ਰਿਹਾ ਕਿ ਸੜਕ ਦੇ ਦੋਹੇਂ ਪਾਸੇ ਕਿਸ ਤਰ੍ਹਾਂ ਜੰਗਲ ਦੇ ਵਿੱਚ ਅੱਗ ਫੈਲੀ ਹੋਈ ਹੈ ਅਤੇ ਦ੍ਰਿਸ਼ ਬੇਹੱਦ ਭਿਆਨਕ ਨਜ਼ਰ ਆ ਰਹੀ ਹੈ। ਅਜਿਹੀਆਂ ਕਈ ਹੋਰ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਇਸ ਅੱਗ ਦੀਆਂ ਵਾਇਰਲ ਵੀ ਹੋ ਰਹੀਆਂ ਨੇ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਦਹਿਲ ਰਿਹਾ ਹੈ। ਦੱਸਿਆ ਜਾ ਰਿਹਾ ਕਿ ਹੁਣ ਤੱਕ 5 ਲੋਕਾਂ ਦੀ ਜਾਨ ਵੀ ਇਸ ਅੱਗ ਦੇ ਕਾਰਨ ਚਲੇ ਗਈ ਹੈ, ਜਦਕਿ ਹਜ਼ਾਰਾਂ ਲੋਕ ਇਸ ਤੋਂ ਪ੍ਰਭਾਵਿਤ ਹੋਏ ਨੇ। ਲਗਾਤਾਰ ਫਾਇਰ ਬ੍ਰਿਗੇਡ ਦੇ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 13,000 ਤੋਂ ਵੱਧ ਫਾਇਰ ਬ੍ਰਿਗੇਡ ਕਰਮੀਆਂ ਦੇ ਨਾਲ ਨਾਲ ਨੈਸ਼ਨਲ ਗਾਰਡ, ਅਮਰੀਕੀ ਸੈਨਾ ਅਤੇ ਨਾਲ ਹੀ 10 ਹੋਰ ਸੂਬਿਆਂ ਤੋਂ ਹਵਾਈ ਮਦਦ ਵੀ ਭੇਜੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ ਜਾ ਸਕੇ, ਜੋ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। All World Open Challenge 17-time gold medalist Mia Rafiq Mohammed, Pandit Maulvi Begum Tantrik, inna chora thagga to saavdan, specialist Vashikaran, satta number, love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94 644 84374 94 648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।